ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਜੀ ਠੀਕ ਹੋਵੋਗੇ, ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਸੋ ਬੜੇ ਦਿਨਾਂ ਬਾਅਦ ਅੱਜ ਅਸੀਂ ਵਲੌਗ ਬਣਾਉਣ ਜਾ ਰਹੇ ਹਾਂ ਜੀ। ਇਹ ਭਾਵੇਂ ਥੋੜ੍ਹਾ ਜਿਹਾ ਸ਼ੋਰਟ ਵਲੌਗ ਹੋਏਗਾ, ਕਿਉਂਕਿ ਤੁਹਾਨੂੰ ਤੁਹਾਡੇ ਨਾਲ ਇੱਕ ਮਨ ਦੇ ਵਿੱਚ ਸਵਾਲ ਹੋਏਗਾ ਵੀ ਭਾਈ ਸਾਹਿਬ ਇੰਨੇ ਟਾਈਮ ਤੋਂ ਕਿੱਥੇ ਨੇ। ਹਾਂਜੀ, ਅਤੇ ਹੈ ਅਸੀਂ ਇੰਡੀਆ ਹੀ ਸੀ, ਵਲੌਗ ਅਸੀਂ ਬਣਾਏ ਨਹੀਂ, ਇੱਕ ਮਹੀਨਾ ਅਸੀਂ ਕੋਈ ਕੀਰਤਨ ਨਹੀਂ ਕੀਤਾ। ਉਹਦਾ ਰੀਜ਼ਨ ਇਹ ਸੀ ਕਿ ਪੈਰ ਦੇ ਉੱਤੇ ਫ੍ਰੈਕਚਰ ਹੋ ਗਿਆ ਸੀ ਮੇਰੇ, ਮੈਂ ਗਿਰ ਗਿਆ ਸੀ। ਅਸੀਂ ਲਖਨਊ ਗਏ ਸੀ ਜਦੋਂ ਜਨਵਰੀ ਦੇ ਵਿੱਚ 28 ਤਰੀਕ। ਹਾਂਜੀ, ਬੈਂਡ ਲਾ ਲਈ, ਬਸ ਬਾਹਰ ਹੀ ਨਿਕਲ ਰਹੇ ਸੀ। ਹਾਂ, ਅੱਜ ਨਿਕਲੇ ਹੀ ਹਾਂ। ਸੋ ਲਖਨਊ ਦੇ ਵਿੱਚ ਉੱਥੋਂ ਪੌੜੀ ਤੋਂ ਉਤਰਦਿਆਂ ਹੋਇਆ ਪੈਰ ਟਵਿਸਟ ਹੋ ਗਿਆ ਅਤੇ ਫ੍ਰੈਕਚਰ ਹੋ ਗਿਆ ਸੀ ਪੈਰ ਦੇ ਵਿੱਚ, ਅਤੇ ਤੁਹਾਨੂੰ ਮੈਂ ਦਿਖਾ ਦਿੰਦਾ। ਇਹ ਦੇਖੋ ਜੀ, ਇਹ ਸਾਰਾ ਫ੍ਰੈਕਚਰ ਹੋਇਆ ਅਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਕਾਫੀ ਰਿਕਵਰੀ ਹੋ ਗਈ ਹੈ, ਅਤੇ ਹੋ ਹੀ ਗਈ ਹੈ ਰਿਕਵਰੀ। ਅਤੇ ਅੱਜ ਇਹ ਪਲਾਸਟਰ ਖੁਲਵਾਉਣ ਜਾ ਰਹੇ ਹਾਂ ਜੀ ਅਸੀਂ। ਅਤੇ ਤੁਸੀਂ ਕਹੋਗੇ ਕਿ ਮੈਂ ਕੋਈ ਅਪਡੇਟ ਕਿਉਂ ਨਹੀਂ ਕੀਤੀ, ਅਤੇ ਵੈਸੇ ਹੀ ਨਹੀਂ ਕੀਤੀ। ਮੈਂ ਕਿਹਾ ਨੈਗੇਟਿਵ ਕਿਉਂ, ਆਪਾਂ ਕੋਈ ਨਾ ਕੋਈ ਗੱਲ, ਆਪਾਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਸਾਰੇ ਹੈਗੇ ਹਾਂ, ਅਤੇ ਸੋ ਆਪਾਂ ਚੜ੍ਹਦੀ ਕਲਾ 'ਚ ਹੀ ਰਹੀਏ। ਸੋ ਇਸ ਕਰਕੇ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਫ੍ਰੈਕਚਰ ਹੋਇਆ। ਅਸੀਂ ਇਟਲੀ ਜਾਣਾ ਸੀਗਾ ਅਤੇ ਉਹ ਵੀ ਅਸੀਂ ਸਾਰਾ ਕੈਂਸਲ ਕਰ ਦਿੱਤਾ ਸਾਰਾ ਸਮਾਗਮ। ਫਰਵਰੀ ਦੇ ਵਿੱਚ ਅਸੀਂ ਜਾਣਾ ਸੀਗਾ, ਤੁਰਨ ਫਿਰਨ 'ਚ ਕਾਫੀ ਦਿੱਕਤ। ਹਾਂ, ਕਾਫੀ ਦਿੱਕਤ ਸੀਗੀ ਤੁਰਨ ਫਿਰਨ ਦੇ ਵਿੱਚ, ਅਤੇ ਫਿਰ ਵੀ ਮਹਾਰਾਜ ਨੇ ਬਹੁਤ ਕਿਰਪਾ ਕੀਤੀ, ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਭਲਾ ਲੁਕਿਆ ਹੁੰਦਾ। ਉਹ ਭਲਾ ਸਾਨੂੰ ਨਜ਼ਰ ਕਈ ਵਾਰੀ ਨਹੀਂ ਆਉਂਦਾ ਅਤੇ ਕਈ ਵਾਰੀ ਆ ਜਾਂਦਾ, ਕਈ ਵਾਰੀ ਲੇਟ ਨਜ਼ਰ ਆਉਂਦਾ, ਅਤੇ ਹੁੰਦਾ ਭਲਾ ਹੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋਤਿ ਭਾਵੇ ਨਾਨਕਾ, ਸਾਈ ਗੱਲ ਚੰਗੀ ਤੁਮ ਕਰੋ ਭਲਾ, ਹਮ ਭਲੋ ਨਾ ਜਾਣਾ। ਸੋ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਅਸੀਂ ਜਾ ਰਹੇ ਹਾਂ ਜੀ ਡਾਕਟਰ ਸਾਹਿਬ ਕੋਲੋਂ ਦਿਖਾਉਣ ਲਈ, ਅਤੇ ਹੋਪਫੁਲੀ ਅੱਜ ਇਹ ਖੁੱਲ੍ਹ ਜਾਏਗਾ। ਜੇ ਸਾਰਾ ਕੁਛ ਠੀਕ ਰਿਹਾ, ਜੇ ਜਿਹੜੀ ਬੋਨ ਹੱਡੀ ਹੈਗੀ ਉਹ ਜੁੜ ਗਈ ਹੋਏਗੀ, ਅਤੇ ਅੱਜ ਖੁੱਲ੍ਹ ਜਾਏਗਾ ਇਹ। ਸੋ ਮੈਂ ਚਾਹੁੰਦਾ ਸੀਗਾ ਕਿ ਅੱਜ ਤੁਹਾਨੂੰ ਦੱਸ ਦਈਏ, ਕਿਉਂਕਿ ਹੁਣ ਤਾਂ ਮਹਾਰਾਜ ਦੀ ਕਿਰਪਾ ਨਾਲ ਰਿਕਵਰੀ ਹੋ ਗਈ ਹੈ। ਅਤੇ ਸੋ ਚੱਲਦੇ ਹਾਂ ਜੀ, ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ ਜੀ। ਕੁਛ ਕਹਿਣਾ ਚਾਹੋਗੇ ਜੀ? ਬਸ ਜੀ, ਚੜ੍ਹਦੀ ਕਲਾ ਵਿਹਲੇ ਰਹਿ ਕੇ ਵੀ ਤੁਸੀਂ ਸਿਹਤ ਨਹੀਂ ਬਣਾਈ? ਨਾ ਨਾ, ਬਣ ਗਈ। ਬਣ ਗਈ? ਹੋਰ, ਬਹੁਤ ਵੇਟ ਗੇਨ ਕੀਤਾ ਮੈਂ। ਅੱਛਾ, ਕਿੰਨਾ? 500 ਗ੍ਰਾਮ? ਨਹੀਂ ਨਹੀਂ, ਮੇਰਾ ਹੋਇਆ 8-9 ਕਿਲੋ। ਅੱਛਾ, ਹਾਂਜੀ। ਕਿੰਨਾ ਹੋ ਗਿਆ ਹੁਣ? 69। ਤੇ ਇੰਨਾ ਹੀ ਤਾਂ ਸੀਗਾ? 62-63 ਤੇ ਤੁਰਿਆ ਫਿਰਦਾ ਮੈਂ ਬੜੀ ਦੇਰ ਤੋਂ। ਅੱਛਾ, ਚਲੋ ਵਧਾਈ ਦਿਓ ਜੀ ਮੁੰਡੇ ਨੇ। ਵਧਾਇਆ ਕੁਛ? ਵਧਾਇਆ ਕੁਛ ਨਹੀਂ, ਤਾਂ ਬਹੁਤ ਕਮਜ਼ੋਰ ਸੀਗਾ ਕਾਫੀ ਟਾਈਮ ਤੋਂ। ਸੋ ਮਹੀਨਾ ਅਸੀਂ ਰੈਸਟ ਕੀਤੀ ਜੀ, ਮਹਾਰਾਜ ਦੇ ਗੁਣ ਗਾਏ ਘਰੇ ਬੈਠ ਕੇ, ਅਤੇ ਸੋ ਆਨੰਦ ਹੈ ਜੀ। ਬਹੁਤ ਚੜ੍ਹਦੀ ਕਲਾ, ਕਿਰਪਾ ਸ਼ੁਕਰ ਵਾਹਿਗੁਰੂ ਦੀ। ਅਤੇ ਜੇ ਅੱਜ ਇਹ ਖੁੱਲ੍ਹ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਆਪ ਸੰਗਤਾਂ ਦੇ ਫਿਰ ਦੁਬਾਰਾ ਤੋਂ ਦਰਸ਼ਨ ਦੀਦਾਰੀ ਕਰਾਂਗੇ, ਹਰੀ ਜਸ ਕਰਾਂਗੇ, ਗੁਰੂ ਜਸ ਕਰਾਂਗੇ ਜੀ, ਅਤੇ ਆਪ ਸੰਗਤਾਂ ਦੀ ਅਸੀਸਾਂ ਮਾਣਾਂਗੇ। ਚਲਦੇ ਹਾਂ ਜੀ। ਜਦੋਂ ਆ ਸੱਟ ਲੱਗੀ ਸੀਗੀ ਉਦੋਂ ਦਾ ਵੀ ਇੱਕ ਅੱਧ ਸ਼ੋਟ ਤੁਹਾਨੂੰ ਦਿਖਾ ਦਿੰਦੇ ਹਾਂ। ਜਦੋਂ ਤਾਜ਼ਾ ਤਾਜ਼ਾ ਉੱਥੇ ਡਿੱਗਿਆ ਸੀਗਾ ਅਤੇ ਪਲਸਤਰ ਲੱਗਾ ਸੀ, ਅਤੇ ਮਹਾਰਾਜ ਨੇ ਉੱਥੇ ਵੀ ਬੜੀ ਕਿਰਪਾ ਕੀਤੀ, ਉੱਥੇ ਵੀ ਬਹੁਤ ਬਲ ਬਖਸ਼ਿਸ਼ ਕੀਤਾ। ਜਦੋਂ ਸੱਟ ਲੱਗੀ, ਜਿਹੜਾ ਕੱਚਾ ਪਲਸਤਰ ਹੋਇਆ, ਉਹ ਕੱਚੇ ਪਲਸਤਰ ਤੋਂ ਬਾਅਦ ਵੀ ਸਤਿਗੁਰਾਂ ਨੇ ਕੀਰਤਨ ਦੀ ਸੇਵਾ ਲੈ ਲਈ ਸੀਗੀ ਸਟੇਜ 'ਤੇ, ਲੱਤ ਸਿੱਧੀ ਕਰਕੇ। ਜਿਨ੍ਹਾਂ ਨੇ ਉਹ ਲਾਈਵ ਦੇਖਿਆ ਹੋਵੇਗਾ ਸ਼ਾਇਦ ਉਹਨਾਂ ਨੂੰ ਥੋੜ੍ਹਾ ਬਹੁਤਾ ਪਤਾ ਹੋਏਗਾ ਕਿ ਫ੍ਰੈਕਚਰ ਹੋਇਆ,
ਤੇ ਬਹੁਤਾਤ ਸੰਗਤ ਨੂੰ ਨਹੀਂ ਪਤਾ ਸੀਗਾ। ਚਲੋ ਜੀ ਪਹੁੰਚ ਗਏ ਆ ਜੀ। ਲਓ ਜੀ ਐਕਸਰੇ ਕਰਾਉਣ ਆ ਗਏ। ਆਹੋ ਦਿਖਾਵਾਂਗੇ ਨਾ ਜਲਦੀ ਦਾ ਐਕਸਰੇ। ਇਸ ਤੋਂ ਬਾਅਦ ਪਤਾ ਲੱਗੇਗਾ ਮਹਾਰਾਜ ਖੋਲਣਾ ਕਿ ਨਹੀਂ। ਕੋਈ ਖਬਰ ਤਾਂ ਖੋਲਣਾ ਨਹੀਂ, ਖਬਰ ਖੋਲਣਾ। ਅਸਲ ਚ ਐਚ ਡੀ ਕੈਮਰਾ ਭਾਜੀ ਇਹ ਹੈ ਜਿਹੜਾ ਅੰਦਰ ਦੀ ਫੋਟੋ ਖਿੱਚਦਾ। ਅਜੇ ਥੋੜ੍ਹਾ ਜਿਹਾ ਕਮਜ਼ੋਰ ਲੱਗ ਰਿਹਾ ਪੈਰ, ਕਾਫੀ ਦਿਨ ਹੋ ਗਏ ਭਾਰ ਨਹੀਂ ਪਾਇਆ, ਪਰ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ, ਹੌਲੀ ਹੌਲੀ ਠੀਕ ਹੋ ਜਾਏਗਾ। ਅੱਜ ਥੋੜ੍ਹੀ ਜਿਹੀ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਅੱਜ ਨਾ ਪੈਰ ਮੰਨਦਾ ਨਹੀਂ ਪਿਆ। ਪੈਰ ਕਹਿੰਦਾ ਵੀ ਮੈਨੂੰ ਹਾਲੇ ਬਹੁਤਾ ਟੇਢਾ ਨਾ ਕਰ, ਉਹ ਇੱਕਦਮ ਖੂਨ ਦਾ ਸਰਕਲ ਜਿਹੜਾ ਹਾਲੇ ਉਹ ਚੱਲਿਆ ਨਹੀਂ ਨਾ ਪ੍ਰੋਪਰ, ਅਤੇ ਉਹ ਆਦਤ ਨਹੀਂ ਬਣ ਰਹੀ, ਇੱਕਦਮ ਹਾਲੇ ਵੀਕਨੈਸ ਜੀ ਫੀਲ ਹੋ ਰਹੀ ਪੈਰ ਨੂੰ। ਚਲੋ ਸ਼ੁਕਰ ਹੈ, ਸ਼ੁਕਰ ਹੈ ਵਾਹਿਗੁਰੂ ਤੇਰਾ, ਪਠਾਨਕੋਟ ਸ਼ੁਕਰ ਹੈ। ਹਾਲਾਂਕਿ ਡਾਕਟਰ ਸਾਹਿਬ ਕਹਿੰਦੇ ਸੀ, ਇੱਕ ਮਿੰਟ ਹੋਲਡ ਕਰਿਓ, ਡਾਕਟਰ ਸਾਹਿਬ ਕਹਿੰਦੇ ਇੱਕ ਹਫ਼ਤਾ ਹੋਰ ਰਹਿ ਲੈਂਦੇ ਹੋ ਅਤੇ ਚੰਗੀ ਤਰ੍ਹਾਂ ਜੁੜ ਜਾਏਗਾ, ਹੋਰ ਕਹਿੰਦੇ ਥੋੜ੍ਹਾ ਜਿਹਾ ਤਸੱਲੀ ਹੋ ਜਾਏਗੀ। ਮੈਂ ਕਿਹਾ ਡਾਕਟਰ ਸਾਹਿਬ ਦੇਖ ਲਓ ਜੇ ਕੁਛ, ਕਹਿੰਦੇ ਮੈਂ ਕਿਹਾ ਮੇਰਾ ਪ੍ਰੋਗਰਾਮ ਹੈਗੇ ਆ ਫੜੇ ਹੋਏ, ਤੁਸੀਂ ਚਾਰ ਹਫ਼ਤੇ ਗਏ ਸੀਗੇ। ਡਾਕਟਰ ਸਾਹਿਬ ਕਹਿੰਦੇ ਚਲੋ ਠੀਕ ਹੈ, ਕੋਈ ਐਡੀ ਗੱਲ ਨਹੀਂ ਹੈਗੀ, ਡਰ ਵਾਲੀ ਗੱਲ ਨਹੀਂ ਹੈਗੀ, ਤੁਸੀਂ ਖੁਲਵਾ ਸਕਦੇ ਹੋ, ਪਰ ਖਿਆਲ ਰੱਖਿਓ ਥੋੜ੍ਹਾ ਜਿਹਾ, ਅਤੇ ਜ਼ਿਆਦਾ ਪੈਰ ਨੂੰ ਪੁੱਠੀ ਸਿੱਧੀ ਥਾਂ 'ਤੇ ਨਹੀਂ ਰੱਖਣਾ, ਅਤੇ ਅਜੇ ਕੋਈ ਦੌੜਨਾ ਦੌੜਨਾ ਨਹੀਂ ਹੈਗਾ, ਆਰਾਮ ਨਾਲ ਤੁਰਨਾ, ਇੱਕ ਹਫ਼ਤਾ ਡੇਢ ਹਫ਼ਤਾ ਖਿਆਲ ਰੱਖਣਾ। ਸੋ ਬਹੁਤ ਜ਼ਿਆਦਾ ਵਾਕ ਨਹੀਂ ਕਰਨੀ ਆਪਾਂ ਅਜੇ, ਮਾੜੀ ਮੋਟੀ ਬਸ, ਹਾਂ ਖਿਆਲ ਰੱਖਣਾ। ਅਤੇ ਤੁਹਾਡੀ ਸੰਗਤ ਦੀਆਂ ਅਸੀਸਾਂ ਮੇਰੇ ਨਾਲ ਹੈ, ਉਹਦਾ ਮੈਨੂੰ ਬਹੁਤ ਬਲ ਮਿਲਦਾ, ਗੁਰੂ ਸਾਹਿਬ ਦੀ ਕਿਰਪਾ ਹੈਗੀ ਹੈ, ਅਤੇ ਮੈਂ ਮਾਫ਼ੀ ਚਾਹੁੰਦਾ ਮੈਂ ਤੁਹਾਨੂੰ ਦੱਸਿਆ ਨਹੀਂ ਹੈ। ਅਤੇ ਬਸ ਰੀਜ਼ਨ ਇਹੀ ਸੀਗਾ ਕਿ ਮੈਂ ਚਾਹੁੰਦਾ ਸੀਗਾ ਕਿ ਆਪਾਂ ਸਿਰਫ ਸਤਿਗੁਰ ਦੇ ਗੁਣਾਂ ਦੀ ਗੱਲ ਕਰੀਏ, ਉਹਦੀ ਉਸਤਤ ਉਹਦੀ ਸਿਫਤ ਸਲਾਹੀ ਕਰਦੇ ਰਹੀਏ, ਇਹ ਛੋਟੀਆਂ ਮੋਟੀਆਂ ਚੀਜ਼ਾਂ ਨੂੰ ਦੱਸ ਕੇ ਕੀ ਫਾਇਦਾ, ਹੈ ਨਾ। ਅਤੇ ਐਵੇਂ ਤੁਹਾਨੂੰ ਵੀ ਦੁੱਖ ਲੱਗੇਗਾ ਵੀ ਸੱਟ ਲੱਗ ਗਈ, ਕਿਉਂਕਿ ਸੰਗਤ ਪਿਆਰ ਬਹੁਤ ਕਰਦੀ ਹੈ। ਸੋ ਮੈਂ ਨਹੀਂ ਚਾਹੁੰਦਾ ਸੀਗਾ ਕਿ ਕਿਸੇ ਨੂੰ ਦੁੱਖ ਹੋਵੇ, ਕੋਈ ਦੁੱਖ ਲੱਗੇ, ਅਤੇ ਆਪਾਂ ਜਿੰਨਾ ਹੋ ਸਕੀਏ ਪੋਜ਼ਿਟਿਵਿਟੀ ਚੜ੍ਹਦੀ ਕਲਾ ਵੰਡੀਏ, ਖੁਸ਼ੀ ਵੰਡੀਏ, ਅਤੇ ਵਾਹਿਗੁਰੂ ਕਿਰਪਾ ਕਰਨ ਅਸੀਂ ਸਾਰੇ ਉਸ ਮਾਲਕ ਦੀ ਬਾਣੀ ਦੇ ਨਾਲ ਜੁੜਦੇ ਰਹੀਏ ਅਤੇ ਕੀਰਤਨ ਨਾਲ ਜੁੜੀਏ ਵੱਧ ਤੋਂ ਵੱਧ। ਬਾਕੀ ਹੌਲੀ ਹੌਲੀ ਹੁਣ ਆਪ ਸੰਗਤਾਂ ਦਰਸ਼ਨ ਦੀਦਾਰੇ ਕਰਾਂਗੇ ਜੀ, ਅਤੇ ਗੁਰੂ ਸਾਹਿਬ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।